ਸਤਿ ਸ਼੍ਰੀ ਅਕਾਲ ਜੀ ਜਿੱਥੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਸਾਰੇ ਸਿੰਗਰਜ਼ ਦੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਸ਼ਰਦਾਂਝਲੀ ਦਿੱਤੀ ਗਈ ਤੇ ਸਭ ਨੇ ਹੀ ਆਪਣੀਆਂ ਫੀਲਿੰਗਸ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤੀਆਂ ਉੱਥੇ ਹੀ ਤੁਹਾਨੂੰ ਦੱਸ ਦਈਏ ਗੈਰੀ ਸੰਧੂ ਵੱਲੋਂ ਹਾਲੇ ਤੱਕ ਸਿੱਧੂ ਮੂਸੇਵਾਲੇ ਬਾਰੇ ਕੋਈ ਵੀ ਅਪਡੇਟ ਸਾਹਮਣੇ ਨਹੀਂ ਸਈ ਆਈ ਬਟ ਹਾਲ ਹੀ ਵਿੱਚ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਟੋਰੀ ਸਾਂਝੀ ਕਰਦਿਆਂ ਸਿੱਧੂ ਮੂਸੇਵਾਲੇ ਬਾਰੇ ਕੁਝ ਸ਼ਬਦ ਲਿਖੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸਿੱਧੂ ਦੇ ਜਾਨ ਤੋਂ ਪਿੱਛੋਂ ਬਹੁਤ ਕੁਝ ਸਿੱਖ ਲਿਆ ਕਿ ਜ਼ਿੰਦਗੀ ਬਹੁਤ ਛੋਟੀ ਹੈ ਉਹਦੀ ਮਰਜ਼ੀ ਤੋਂ ਬਿਨਾ ਇੱਕ ਸਾਹ ਵੀ ਨਹੀਂ ਜੀਦਾ ਆਂਦਾ ਫਿਰ ਮੈਂ ਮੈਂ ਕਾਦੀ ਜੇ ਮੇਰੇ ਕੋਲੋਂ ਕਿਸੇ ਵੀ ਇਨਸਾਨ ਨੂੰ ਕਦੇ ਗਲਤ ਬੋਲ ਗਿਆ ਹੋਵੇ ਤਾਂ ਭਾਈ ਮੈਨੂੰ ਮਾਫ ਕਰ ਦੇਣਾ ਵੈਲ ਜਿਵੇਂ ਕਿ ਅਸੀਂ ਤਾਂ ਜਾਣਦੇ ਹਾਂ ਕਿ ਗੈਰੀ ਸੰਧੂ ਤੇ ਸਿੱਧੂ ਮੂਸੇਵਾਲੇ ਦੇ ਵਿਚਕਾਰ ਜ਼ਿਆਦਾ ਨਹੀਂ ਸੀ ਬੰਦੀ ਤੇ ਅਕਸਰ ਹੀ ਇੱਕ ਦੂਜੇ ਨੂੰ ਟਾਂਟ ਕੱਸਦੇ ਰਹਿੰਦੇ ਸਨ ਉਥੇ ਹੀ ਗੈਰੀ ਸੰਧੂ ਨੇ ਹੁਣ ਸਿੱਧੂ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਦੀ ਸਟੋਰੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਭਾਵੁਕ ਵੀ ਹੋਇਆ ਹੈ ਤੇ ਨਾਲ ਹੀ ਕੁਝ ਟੌਂਟ ਕੱਸਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਵੈਲੇ ਜਿੱਥੇ ਸਿੱਧੂ ਮੂਸੇਵਾਲੇ ਦੇ ਫੈਨਸ ਉਸ ਦੇ ਜਾਣ ਤੋਂ ਬਾਅਦ ਕਾਫੀ ਜ਼ਿਆਦਾ ਦੁੱਖ ਵਿੱਚ ਨੇ ਉਥੇ ਹੀ ਪੰਜਾਬੀ ਸੈਲੀਬ੍ਰਿਟੀਜ਼ ਵੀ ਕਾਫੀ ਜ਼ਿਆਦਾ ਭਾਵੁਕ ਹੋ ਰਹੇ ਨੇ ਤੇ ਉਥੇ ਹੀ ਗੈਰੀ ਸੰਧੂ ਦੀ ਸਿੱਧੂ ਮੂਸੇਵਾਲੇ ਬਾਰੇ ਫਸਟ ਪੋਸਟ ਸਾਹਮਣੇ ਆਈ ਹੈ ਦਾਲ ਤੁਸੀਂ ਗੈਰੀ ਸੰਧੂ ਦੇ ਇਸ ਤਰ੍ਹਾਂ ਦੇ ਬਿਆਨ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਨੀ ਨਾ ਭੁੱਲਣਾ